ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਕੱਲ੍ਹ ਸਿੱਧੂ ਮੂਸੇਵਾਲਾ ਆਪਣੀ ਮਿਹਨਤ ਲਗਨ ਦੇ ਸਦਕਾ ਸਾਰੇ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ। ਇੱਦਾਂ ਲੱਗਦਾ ਜਿਵੇਂ ਸਿੱਧੂ ਮੂਸੇਵਾਲਾ ਦੇ ਆਉਣ ਤੋਂ ਬਾਅਦ ਸਾਰੀ ਪੰਜਾਬੀ ਇੰਡਸਟਰੀ ਬਦਲ ਹੀ ਗਈ ਹੋਵੇ। ਪਹਿਲਾਂ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੇ ਹੀ ਸਿੱਧੂ ਕਰਾਰ ਰੱਖੀ ਸੀ, ਪਰ ਸਿੱਧੂ ਨੇ ਅੱਜ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਇੱਕ ਵੱਡੀ ਅਪਡੇਟ ਦਿੱਤੀ। ਹਾਂਜੀ, ਅੱਜ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਾਈਵ ਹੋ ਕੇ ਆਪਣੀ ਫਿਲਮ ਬਾਰੇ ਦੱਸਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ। ਆਪਣੀ ਗਾਇਕੀ ਤੋਂ ਬਾਅਦ ਉਹ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਧਮਾਲਾ ਪਾਉਣ ਜਾ ਰਹੇ ਹਨ। ਇਸ ਖਬਰ ਤੋਂ ਬਾਅਦ ਦਰਸ਼ਕਾਂ ਦੇ ਚਿਹਰੇ ਤੇ ਬਹੁਤ ਖੁਸ਼ੀ ਛਾਈ ਹੋਈ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਨਲਾਈਨ ਹੁੰਦੇ ਹੋਏ ਦੱਸਿਆ ਕਿ ਇਹ ਫਿਲਮ ਇੱਕ ਵੱਖਰੀ ਫਿਲਮ ਹੋਵੇਗੀ, ਉਹ ਤੁਹਾਨੂੰ ਬਹੁਤ ਪਸੰਦ ਆਵੇਗੀ। ਇਸ ਫਿਲਮ ਦਾ ਨਾਂ ਹੈ ਯੈਸ ਆਈ ਐਮ ਸਟੂਡੈਂਟ। ਆਓ ਜਾਣਦੇ ਹਾਂ ਇਸ ਫਿਲਮ ਬਾਰੇ ਹੋਰ ਜਾਣਕਾਰੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਇਸ ਬਾਰੇ ਪਤਾ ਲੱਗ ਸਕੇ। ਅੱਜ ਇਹ ਹੈ ਜੀ ਕਿ ਇੱਕ ਵੱਡਾ ਸਟੈਪ ਲੈਣ ਲੱਗਿਆ ਜੀ, ਅਤੇ ਸਟੈਪ ਉਹਦਾ ਕੋਈ ਯਾਨੀ ਕਿ ਬਣੀ ਮੋਟਿਵ ਨਹੀਂ ਹੈਗਾ, ਅਤੇ ਇੱਕ ਕੋਸ਼ਿਸ਼ ਕੀਤੀ ਆਪਦੇ ਵੱਲੋਂ ਆਪਣੇ ਭਰਾਵਾਂ ਦਾ ਪੱਖ ਰੱਖਣ ਲਈ ਅਤੇ ਆਪਣੇ ਸਾਰੇ ਜਿੰਨੇ ਵੀ ਯੂਥ ਆਪਣਾ। ਅਤੇ ਆਪਾਂ ਜੀ ਅੱਜ ਫਿਲਮ ਦਾ ਆਪਣੀ ਦਾ ਜੀ ਪੋਸਟਰ ਪਾਉਣ ਲੱਗੇ ਹਾਂ ਫਸਟ ਲੁੱਕ। ਅਤੇ ਥੋੜ੍ਹਾ ਜਿਹਾ ਮੈਨੂੰ ਥੋੜ੍ਹੀ ਘਬਰਾਹਟ ਸੀਗੀ ਵੀ ਕਿਉਂਕਿ ਮੇਰੇ ਲਈ ਬਹੁਤ ਵੱਡਾ ਕੰਮ ਆ, ਅਤੇ ਮੈਂ ਤੁਹਾਨੂੰ ਨਾ ਫਿਲਮ ਦਾ ਨਾਮ ਦੱਸੂੰਗਾ ਨਾ ਤੁਹਾਨੂੰ ਪੋਸਟਰ ਦੱਸੂ ਨਾ ਤੁਹਾਨੂੰ ਇਹ ਦੱਸੂੰਗਾ ਵੀ ਕਿਹਨੇ ਬਣਾਉਣੀ ਹੈ, ਕਿਵੇਂ ਹੈ, ਕੀ ਸਿਸਟਮ ਹੈ। ਬਸ ਮੈਂ ਸਿੱਧੀ ਫਸਟ ਲੁੱਕ ਪਾਊਂਗਾ ਜੀ, ਅਤੇ ਨਾਮ ਪੜ੍ਹ ਕੇ ਤੁਸੀਂ ਦੇਖ ਲਿਓ ਤਸੱਲੀ ਹੋ ਜਾਣੀ ਹੈ ਤੁਹਾਡੀ ਵੀ ਕੀ ਚੀਜ਼ ਹੋਣੀ ਆ। ਅਤੇ ਬਸ ਮੈਂ ਤੁਹਾਨੂੰ ਇੰਨੀ ਕੁ ਬੇਨਤੀ ਕਰਦਾ ਸੀ ਵੀ ਮੈਂ ਆਉਣ ਵਾਲੇ 5-6 ਮਿੰਟਾਂ ਦੇ ਵਿੱਚ ਮੈਂ ਪੋਸਟਰ ਪਾਉਣ ਲੱਗਿਆ ਜੀ। ਮਾੜੇ ਮੈਨੂੰ ਜੇ ਤੁਹਾਨੂੰ ਵਧੀਆ ਲੱਗਿਆ ਪੋਸਟਰ ਨਾਮ ਕੰਸੈਪਟ ਤਾਂ ਬਸ ਇੱਕ ਵਾਰੀ ਮੈਨੂੰ ਮਾੜਾ ਜਿਹਾ ਮੈਸੇਜ ਛੱਡ ਦਿਓ ਅਤੇ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਕੀ ਰਿਪੋਰਟ ਹੈ, ਠੀਕ ਹੈ ਜੀ। ਅਤੇ ਬਸ ਇਹੀ ਗੱਲ ਵੀ ਬਹੁਤ ਵੱਡਾ ਸਟੈਪ ਲੈਣ ਲੱਗਿਆ ਅਤੇ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੀ ਲੋੜ ਹੈ ਜੀ। ਅਤੇ ਮੇਰੇ ਲਈ ਕਾਫੀ ਵੱਡਾ ਕੰਮ ਆ ਕਿਉਂਕਿ ਪਤਾ ਤੁਹਾਨੂੰ ਪਤਾ ਆਪਾਂ ਗੀਤਕਾਰ ਹਨ ਥੋੜ੍ਹਾ ਜਿਹਾ। ਜੇਕਰ ਤੁਹਾਨੂੰ ਵੀ ਇਸ ਫਿਲਮ ਬਾਰੇ ਕੋਈ ਅੰਦਾਜ਼ਾ ਹੈ ਕਿ ਇਹ ਫਿਲਮ ਕਿਹੋ ਜਿਹੀ ਹੈ ਤਾਂ ਇਸ ਵੀਡੀਓ ਤੇ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ। ਅਤੇ ਸਿੱਧੂ ਮੂਸੇਵਾਲੇ ਦੀ ਇਹ ਅਪਡੇਟ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜੇ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਨਹੀਂ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰ ਦਿਓ। ਇਸ ਦੇ ਨਾਲ ਹੀ ਇਜਾਜ਼ਤ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।